ਸਤਿ ਸ੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ 'ਚ ਗੱਲ ਕਰਨ ਲੱਗੇ ਆਪਾਂ ਗੋਦੀ ਮੀਡੀਆ ਦੀ। ਜਦੋਂ 50-60 ਰੁਪਈਏ ਤੋਂ ਤੇਲ ਵਧਿਆ, 100 ਤੱਕ ਤੇਲ ਪਹੁੰਚ ਗਿਆ ਤੇ ਕੋਈ ਵੀ ਚੈਨਲ ਇਸ ਚੀਜ਼ ਦੀ ਚਰਚਾ ਨਹੀਂ ਸੀ ਕਰ ਰਿਹਾ। ਹੁਣ ਸਿਰਫ 2 ਰੁਪਈਏ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਤੇ ਘੱਟ ਕੀਤਾ, 100 ਰੁਪਈਆ ਸਿਲੰਡਰ ਤੇ ਘੱਟ ਕੀਤਾ ਤੇ ਮੀਡੀਆ ਵਾਲੇ ਤੇ ਤੱਕੀ ਆਉਣ ਡੇ ਨੇ। 2 ਰੁਪਏ ਆਪਕੀ ਬਚਤ ਹੋਗੀ, ਆਪਕੀ ਕਾਰ ਚਲਾਨੇ ਮੇਂ ਬਚਤ ਹੋਗੀ, ਬਾਈਕ ਚਲਾਨੇ ਮੇਂ ਬਚਤ ਹੋਗੀ, ਕਰ ਲਓ ਬਚਤ। ਪੂਰੇ 9 ਸਾਲਾਂ ਤੱਕ ਲੁੱਟਦਾ ਰਿਹਾ ਉਹ, 10ਵੇਂ ਸਾਲ ਚ ਅੱਗ ਥੋੜਾ ਜਿਹਾ ਵੰਡਦਾ, ਬਸ ਜਨਤਾ ਉੱਥੇ ਹੀ ਡੁੱਲ ਜਾਂਦੀ ਹੈ। ਅੱਗੇ ਵੇਖੋ ਵੀਡੀਓ, ਹਮ ਆਪਕੋ ਦਿਖਾ ਰਹੇ ਹੈ ਕਿ ਕੈਸੇ ਆਪ ਕਾਰ ਔਰ ਬਾਈਕ ਪਰ ਆਪਕਾ ਖਰਚਾ ਕਮ ਹੋ ਜਾਏਗਾ, ਕਿਤਨਾ ਆਪਕੋ ਫਾਇਦਾ ਪਹੁੰਚਾ ਹੈ, ਆਪ ਜ਼ਿਆਦਾ ਬਚਾ ਪਾਏਂਗੇ ਔਰ ਕੈਸੇ ਇਹ ਮੁਮਕਿਨ ਹੋ ਪਾਏਗਾ, ਕਿਉਂਕਿ ਅਬ ਦੂਸਰੀ ਜੋ ਆਪਕੇ ਰੋਜ਼ਮਰਾ ਕੇ ਖਰਚ ਹੈ ਉਸ ਪਰ ਆਪ ਇਹ ਜੋ ਸੇਵਿੰਗ ਹੈ ਵੋ ਖਰਚ ਕਰ ਪਾਏਂਗੇ। ਸਾਮਾਨ ਢਲਾਈ ਪਰ ਖਰਚ ਘਟੇਗਾ, ਹੋ ਸਕਦਾ ਹੈ ਉਸਸੇ ਕੁਛ ਚੀਜ਼ੋ ਕੀ ਕੀਮਤ ਕਮ ਹੋ ਜਾਏ, ਲੇਕਿਨ ਇਹ ਕਿਤਨੇ ਵਕਤ ਤੱਕ ਚਲੇਗਾ ਇਹ ਵੇਖਣਾ ਬੇਹੱਦ ਦਿਲਚਸਪ ਹੋਗਾ। ਕਿਸਾਨੋ ਕੋ ਵੀ ਫਾਇਦਾ ਹੋਗਾ, ਕਿਉਂਕਿ ਆਮ ਤੌਰ ਪਰ ਟਰੈਕਟਰ ਮੇਂ ਡੀਜ਼ਲ ਕਾ ਇਸਤੇਮਾਲ ਹੋਤਾ ਹੈ, ਸਸਤਾ ਡੀਜ਼ਲ ਹੋਣੇ ਪਰ ਸਿੰਚਾਈ ਪਰ ਖਰਚ ਕਮ ਹੋਗਾ ਔਰ ਕਮ ਪੈਸੇ ਡੀਜ਼ਲ ਕੋ ਚਲਾਨੇ ਮੇਂ, ਮਾਫ ਕੀਜੀਏਗਾ, ਟਰੈਕਟਰ ਕੋ ਚਲਾਨੇ ਮੇਂ ਖਰਚ ਹੋਗੇ। ਕਵਰ ਕਈ ਕਈ ਖੁਲਾਸੇ ਹੋਏ ਆ ਇਸ ਚੀਜ਼ ਨਾਲ, ਕਈ ਜਗ੍ਹਾ ਤੋਂ ਫੰਡਿੰਗ ਹੋਈ ਆ, ਜਿਹਦੇ ਈਡੀ ਦਾ ਛਾਪਾ ਪਵਾ ਦਿੰਦੇ ਨੇ ਤੇ ਉਹ ਅੱਗੋਂ ਜੇ ਉਹਨਾਂ ਨੂੰ ਚੰਦਾ ਦੇ ਤੇ ਉਹਨਾਂ ਨੂੰ ਅੱਗੋਂ ਸਰਕਾਰਾਂ ਧੰਦਾ ਦੇ ਦਿੰਦੀਆਂ ਨੇ। ਬੜਾ ਦੇਸ਼ ਮੇਂ ਪੈਟਰੋਲ ਡੀਜ਼ਲ ਕੋ ਕੇਂਦਰ ਸਰਕਾਰ ਨੇ 2 ਰੁਪਏ ਸਸਤਾ ਕਰ ਦਿਆ ਹੈ, ਲੇਕਿਨ ਸਭ ਤੋਂ ਜ਼ਿਆਦਾ ਦੇਸ਼ ਨੂੰ ਬਰਬਾਦ ਕਰਨ ਦੀ ਇਲੈਕਸ਼ਨ ਆ ਰਹਾ ਹੈ 24 ਤੱਕ, ਦਸੰਬਰ ਤੱਕ ਸਿਲੰਡਰ ਪੈਟਰੋਲ ਡੀਜ਼ਲ ਇਨ ਸਭ ਕੀ ਕੀਮਤਾਂ ਘਟ ਜਾਏਗੀ ਆਪਣੇ ਆਪ। 4.5 ਸਾਲ ਦਬਾ ਕੇ ਪੈਸਾ ਲੈਣਾ ਹੈ ਔਰ ਫਿਰ 6 ਮਹੀਨਾ ਛੂਟ ਦੇਣੀ ਹੈ ਉਸੇ ਪੈਸੇ। और इस समय एक और बड़ी खबर आ रही है, तो हम आपको अभी बता देते हैं। बड़ी खबर यह है कि पूरे देश में पेट्रोल और डीजल 2 रुपए प्रति लीटर सस्ता हो गया और चुनाव से ठीक पहले मोदी सरकार ने देश की आम जनता को यह राहत दी है, पेट्रोल और डीजल को सस्ता कर दिया गया है और कल सुबह 6 बजे से ये नए जो दाम है पेट्रोल डीजल के लागू हो जाएंगे, नई कीमत लागू हो जाएगी और कल से आपको पेट्रोल और डीजल पर 2 रुपया प्रति लीटर कम देना होगा। इसलिए कल सुबह सुबह आप जाइए 6 बजे के बाद अपने किसी भी पास के पेट्रोल पंप पर और अपना टैंक फुल करा लीजिए, आपको 2 रुपए प्रति लीटर। वीडियो देखने का धन्यवाद और इस चैनल पे नए हो तो चैनल को सब्सक्राइब कर दो, नाल दी नाल बेल आइकन दबा के भी दबा दो।